हेलो एवरीवन वेलकम और वेलकम बैक टू माय चैनल बीए सेमेस्टर 5 इकोनॉमिक्स दे इंपॉर्टेंट क्वेश्चंस केड़े हो सकदे ने एग्जाम्स दे पर्सपेक्टिव तो आज आपा वो डिस्कस करंगे इस तो अलावा मेरे चैनल दे उते और भी काफी सारा कंटेंट अवेलेबल आ चेक आउट जरूर करना बीए दे इकोनॉमिक्स दीया टीचिंग वीडियोस नहीं आणियां बिकॉज़ ये मेरा सब्जेक्ट है नी सो मेरे जेड़े सब्जेक्ट ने सोशियोलॉजी हिस्ट्री पॉलिटिकल हो गया एंड रिजन uh, हो गया इंग्लिश हो गया तो ये मेरे सब्जेक्ट्स ने कंप्यूटर मैथ्स और इकनोमिक्स मैं टीच नहीं करती सो इंपॉर्टेंट क्वेश्चन जरूर मैं पता नहीं कि इकनॉमिक्स हर साल रिपीट होने ठीक so, हो हो। है सो सबसक्राइब जरूर कर लियो चैनल में शेयर जरूर कर दियो फस्ट जहाँ क्वेश्चन है डिफरेंस बिटवीन इकनॉमिक्स ग्रोथ एंड डिवैलपमेंट डिटर्मीनेट्स ऑफ इकनोमिक ग्रोथ एंड डिवैलपमेंट बहुत इंपोर्टेंट क्वेश्चन हर एक साल पेपर च रिपीट होंगे ਕਿ ਇਕਨੋਮਿਕ ਗ੍ਰੋਥ ਯਾਨੀ ਕਿ ਆਰਥਿਕ ਵਾਧਾ ਅਥਾਰਥਿਕ ਵਿਕਾਸ ਕੀ ਹੁੰਦਾ ਇਹਨਾਂ ਦਾ ਅੰਤਰ ਕੀ ਹੈ ਇਹਨਾਂ ਦੇ ਕਾਰਕ ਜਿਹੜੇ ਨੇ ਜਿਹੜੇ ਇਸ ਨੂੰ ਨਿਰਧਾਰਤ ਕਰਦੇ ਨੇ ਉਹ ਕਿਹੜੇ ਨੇ ਜਦੋਂ ਵੀ ਤੁਸੀਂ ਇਕਨੋਮਿਕਸ ਦਾ ਕੁਐਸਚਨ ਅਟੈਂਪਟ ਕਰਦੇ ਹੋ ਜਾਂ ਪੋਲੀਟੀਕਲ ਸਾਇੰਸ ਦਾ ਕਰਦੇ ਹੋ ਜਾਂ ਹਿਸਟਰੀ ਦਾ ਕਰਦੇ ਹੋ ਤਾਂ 4 4.5 ਪੇजेस ਹੀ ਐਵਰੇਜ ਮੰਨ ਕੇ ਚੱਲਿਆ ਕਰੋ ਕਿ ਇਕ ਲੌਂਗ ਕੁਐਸਚਨ ਆਪਾਂ 4-5 ਸ਼ੀਟਸ ਦਾ ਕਰਕੇ ਆਉਣਾ ਹੈ ਜਿਨ੍ਹਾਂ ਦੀ ਇਕਨੋਮਿਕਸ ਦੇ ਵਿੱਚ ਕਿਉਂਕਿ ਇਕਨੋਮਿਕਸ ਦੇ ਵਿੱਚ ਡਾਇਗਰਾਮ ਹੁੰਦੇ ਆ ਤੇ ਡਾਇਗਰਾਮ ਜ਼ਰੂਰ ਬਣਾ ਕੇ ਆਇਓ ਬਿਕਾਜ਼ ਇਹ ਦੇ ਨਾਲ ਮਾਰਕਸ ਜਿਹੜੇ ਨੇ ਐਕਸਟਰਾ ਮਿਲਦੇ ਆ ਫਾਰ ਇਗਜ਼ਾਮਪਲ ਤੁਹਾਨੂੰ ਸਿਰਫ ਤੁਹਾਡੇ ਕੋਲ ਟਾਈਮ ਕਾਫੀ ਘੱਟ ਹੈ ਤੇ ਤੁਹਾਨੂੰ ਜਿਹੜਾ ਹੈਗਾ ਹੈਡਿੰਗਸ ਆਉਂਦੀਆਂ ਨੇ ਤੇ ਤੁਹਾਨੂੰ ਪਤਾ ਹੈਗਾ ਕਿ ਡਾਇਗਰਾਮ ਕਿਹੜਾ ਬਣੇਗਾ ਅਗਰ ਤੁਸੀਂ ਉਹ ਵੀ ਬਣਾਏ ਆਉਂਨੇ ਹੋ ਤਾਂ ਤੁਹਾਡੇ 10 ਦੇ ਵਿੱਚੋਂ 8 ਨੰਬਰ ਜਿਹੜੇ ਹੈਗੇ ਨੇ ਆ ਸਕਦੇ ਨੇ ਕਿਉਂਕਿ ਐਗਜ਼ਾਮੀਨਰ ਨੂੰ ਪਤਾ ਹੁੰਦਾ ਜਿਹੜਾ ਵੀ ਈਵੈਲਿਊਏਟ ਕਰਦਾ ਤਾਂ ਉਹਨੂੰ ਪਤਾ ਹੁੰਦਾ ਹੈਗਾ ਕਿ ਇਸ ਬੱਚੇ ਨੂੰ ਆਉਂਦਾ ਸੀ ਲੇਕਿਨ ਟਾਈਮ ਕੱਟ ਹੋਣ ਦੇ ਬਾਵਜੂਦ ਜਿਹੜਾ ਹੈਗਾ ਉਸਨੇ ਇਹ ਚੀਜ਼ ਅਟੈਂਪਟ ਕੀਤੀ ਹੈ ਠੀਕ ਹੈ ਸੋ ਡਾਇਗਰਾਮ ਹੈਡਿੰਗ ਜ਼ਰੂਰ ਲਿਖ ਕੇ ਆਇਓ ਅਗਰ ਤੁਹਾਡਾ ਕੋਈ ਵੀ ਕੁਐਸਚਨ ਜਿਹੜਾ ਹੈਗਾ ਤੁਹਾਨੂੰ ਪ੍ਰੋਪਰ ਨਹੀਂ ਆਉਂਦਾ ਬਟ ਤੁਹਾਨੂੰ ਥੋੜੀਆਂ ਮੋਟੀਆਂ ਹੈਡਿੰਗਸ ਆਉਂਦੀਆਂ ਤੇ ਡਾਇਗਰਾਮ ਆਉਂਦਾ ਤਾਂ ਤੁਸੀਂ ਜ਼ਰੂਰ ਬਣਾ ਕੇ ਆਉਣਾ ਸੈਕਿੰਡ ਕੁਐਸਚਨ ਹੈ ਐਕਸਪਲੇਨ ਐਨ ਅੰਡਰ ਡਿਵੈਲਪਡ ਇਕਨੋਮੀ ਘੱਟ ਵਿਕਸਿਤ ਆਰ ਆਰਥਿਕਤਾ ਕੀ ਹੈ ਤੇ ਇਸ ਦੇ مین فیਚਰਸ ਕਿਨੇ ਵਿਸ਼ੇਸ਼ਤਾਵਾਂ ਇਸ ਦੀ ਆਪਾਂ ਨੇ ਲਿਖਣੇ ਦੋਨੋਂ ਕੁਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪਹਿਲਾ ਕੁਸ਼ਨ ਇਕਨੋਮਿਕ ਗਰੋਥ ਇਕਨੋਮਿਕ ਡਿਵੈਲਪਮੈਂਟ ਵਾਲਾ ਜ਼ਰੂਰ ਪੇਪਰ ਦੇ ਵਿੱਚ ਆਉਂਦਾ ਠੀਕ ਹੈ ਉਸ ਤੋਂ ਬਾਅਦ ਮਾਰਕਸੀਅਨ ਮਾਡਲ ਆਫ ਇਕਨੋਮਿਕ ਡਿਵੈਲਪਮੈਂਟ ਮਾਰਕਸਵਾਦੀ ਆਰਥਿਕ ਵਿਕਾਸ ਦੇ ਢਾਂਚੇ ਬਾਰੇ ਮਾਡਲ ਦੇ ਬਾਰੇ ਲਿਖੋ ਨਖਸੇ ਥਿਰੀ ਆਫ ਡਿਸਗੁਇਸਡ ਅਨਇੰਪਲੋਇਮੈਂਟ ਨਰਕਸੇ ਦੁਆਰਾ ਛੁਪੀ ਬੇਰੋਜ਼ਗਾਰੀ ਦਾ ਸਿਧਾਂਤ ਅਨੰਪਲੋਇਮੈਂਟ ਵਾਲੀ ਜਿਹੜੀ ਥਿਊਰੀ ਹੈਗੀ ਆ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਕਨੋਮਿਕ ਡਿਵੈਲਪਮੈਂਟ ਵਾਲੀ ਮਾਰਕਸੀਅਨ ਥਿਊਰੀ ਜਿਹੜੀ ਹੈਗੀ ਆ ਬਹੁਤ ਇੰਪੋਰਟੈਂਟ ਹੈ ਉਸ ਤੋਂ ਬਾਅਦ ਇੱਕ ਹੋਰ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਹਮੇਸ਼ਾ ਹੀ ਰਿਪੀਟ ਹੁੰਦਾ ਹੈ ਤਾਂ ਪਹਿਲਾ ਕੁਐਸਚਨ ਰਿਪੀਟ ਹੁੰਦਾ ਜਿਹੜਾ ਬਾਰ-ਬਾਰ ਬਾਰ-ਬਾਰ ਨਰਕਸੇ ਦਾ ਵੀ ਕੁਐਸਚਨ ਜਿਹੜਾ ਹੈ ਬਾਰ-ਬਾਰ ਰਿਪੀਟ ਹੁੰਦਾ ਉਸ ਤੋਂ ਬਾਅਦ ਕਿਹੜਾ ਕੁਐਸਚਨ ਰਿਪੀਟ ਹੁੰਦਾ ਹੈਗਾ ਇਕਨੋਮਿਕ ਪਲੈਨਿੰਗ ਵਾਲਾ discuss need objectives of economic planning and problems faced by planned economies ਹੁਣ ਦੇਖੋ ਇਹਦੇ ਵਿੱਚ ਜਿਹੜਾ ਹੈਗਾ ਸਾਰਾ ਹੀ ਟੌਪਿਕ ਆਪਾਂ ਨੇ ਕਵਰ ਕਰਨਾ ਹੈ ਤੇ ਸਾਰੇ ਥੀਮਸ ਕਵਰ ਕਰਨੇ ਇਸ ਕੁਐਸਚਨ ਦੇ ਆਰਥਿਕ ਯੋਜਨਾਵਾਂ ਦੀ ਲੋੜ ਕੀ ਹੈ ਉਦੇਸ਼ ਕੀ ਨੇ ਅਤੇ ਕੋਈ ਵੀ ਨਿਯੋਜਿਤ ਅਰਥ ਵਿਵਸਥਾ ਹੈ ਉਸ ਨੂੰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਦਾ ਇਹ ਕੁਐਸਚਨ ਬਹੁਤ ਜ਼ਿਆਦਾ ਈਜ਼ੀ ਹੈ ਆਰਾਮ ਨਾਲ ਯਾਦ ਆਉਂਦਾ ਦੋ ਤਿੰਨ ਵਾਰ ਪੜੋਗੇ ਤਾਂ ਯਾਦ ਹੋ ਜਾਏਗਾ ਤੇ ਇੱਕ ਇਹ ਕੁਐਸਚਨ ਦੇ ਜਿਹੜੇ ਹੈਗੇ ਮਾਰਕਸ ਬੜੇ ਅੱਛੇ ਆਪਾਂ ਨੂੰ ਮਿਲ ਸਕਦੇ ਨੇ ਤਾਂ ਇਹ ਟਾਪਿਕ ਆਪਾਂ ਨੇ ਨਹੀਂ ਛੱਡਣਾ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਅਮਰਤੇਆ ਸੈਂਸ ਥਿਉਰੀ ਆਫ ਪਾਵਰਟੀ ਐਂਡ ਡਿਵੈਲਪਮੈਂਟ ਅਮਰਤੇਆ ਸੈਂ ਦੀ ਥਿਉਰੀ ਹੈਗੀ ਹੈ ਇਕਨੋਮਿਕਸ ਦੇ ਵਿੱਚ ਗਰੀਬੀ ਅਤੇ ਵਿਕਾਸ ਦੇ ਸਿਧਾਂਤ ਦੇ ਬਾਰੇ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਲਾਸਟ ਈਅਰ ਨਹੀਂ ਸੀ ਆਇਆ ਲੇਕਿਨ ਉਸ ਤੋਂ ਲਾਸਟ ਈਅਰ ਆਇਆ ਸੀ ਸੋ ਚਾਂਸਿਸ ਇਸ ਵਾਰ ਵੀ ਹੈਗੇ ਨੇ ਤਾਂ ਪ੍ਰਾਈਵੇਟ ਤੇ ਡਿਸਟੈਂਸ ਵਾਲਿਆਂ ਨੂੰ ਆਈ ਗੈਸ ਆਇਆ ਸੀਗਾ ਰੈਗੂਲਰ ਵਾਲਿਆਂ ਨੂੰ ਨਹੀਂ ਸੀ ਆਇਆ ਕੁਐਸਚਨ उस तो क्वेश्चन है एक्सपोर्ट प्रमोशन स्ट्रैटजी और इम्पोर्ट सबस्टिट्यूशन स्ट्रैटी या तो निर्यात प्रोत्साहन आ सकता है या फिर वो दोनों स्ट्रैटजीज के पूछ सकते हैं कि तुम स्ट्रैटजी स्ट्रैटजीज लिखो या फिर ये पूछ सकते हैं एक्सपोर्ट प्रमोशन स्ट्रैटजी जी है निर्यात प्रोत्साहन की या फिर आयात बदलती सो so दो कोई भी आ सकता दोनों इट्ठे भी आ सकते हैं बहुत इंपोर्टेंट क्वेश्चन है शोर्ट के भी लोंग दे ਨੈਕਸਟ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਐਕਸਪਲੇਨ ਬੈਲੈਂਸਡ ਵਰਸਸ ਅਨਬੈਲੈਂਸਡ ਗਰੋਥ ਸੰਤੁਲਿਤ ਅਤੇ ਅਸੰਤੁਲਿਤ ਵਾਧਾ ਜਿਹੜਾ ਹੈ ਉਹ ਕੀ ਹੈ ਇਹਨਾਂ ਦਾ ਅੰਤਰ ਵੀ ਪੁੱਛ ਸਕਦੇ ਨੇ ਸਟ੍ਰੈਟਜੀਆਂ ਇਨ ਇਕਨੋਮਿਕ ਡਿਵੈਲਪਮੈਂਟ ਤਾਂ ਆਰਥਿਕ ਵਿਕਾਸ ਵਿੱਚ ਸਟ੍ਰੈਟਜੀਆਂ ਕਿਹੜੀਆਂ ਰਣਨੀਤੀਆਂ ਜਿਹੜੀਆਂ ਹੈਗੀਆਂ ਕਿਹੜੀਆਂ ਵਰਤੀਆਂ ਜਾਂਦੀਆਂ ਆਰਥਿਕ ਵਿਕਾਸ ਨੂੰ ਲੈ ਕੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਇਹਦੇ ਵਿੱਚ ਕੋਈ ਡਾਇਗਰਾਮ ਨਹੀਂ ਆਉਂਦਾ ਬਹੁਤ ਹੀ ਜ਼ਿਆਦਾ ਥਿਊਰੀ ਬੇਸਡ ਕੁਐਸਚਨ ਹੈ ਬਹੁਤ ਹੀ ਇੰਪੋਰਟੈਂਟ ਹੈ ਤੇ ਨਾਲ ਹੀ ਈਜ਼ੀ ਵੀ ਹੈਗਾ ਤਾਂ ਇਹਨੂੰ ਵੀ ਆਪਾਂ ਛੱਡਣਾ ਨਹੀਂ ਈਜ਼ੀ ਕੁਐਸਚਨ ਕਿਸੇ ਵੀ ਅ ਕੀਮਤ ਇਹ ਆਪਾਂ ਨਹੀਂ ਛੱਡਣੇ ਨਹੀਂ ਹੈਗੇ ਐਕਸਪਲੇਨ ਲਾਈਬੈਂਸਟੇਨ ਕ੍ਰਿਟੀਕਲ ਮਿਨਿਮਮ ਐਫਰਟ ਥਿਊਰੀ ਔਰ ਰੋਸਟੋਥ ਥਿਊਰੀ ਆਫ ਸਟੇजेस ਆਫ ਗ੍ਰੋਥ ਦੇਖੋ ਇਹ ਦੋਨੋਂ ਥਿਊਰੀਜ਼ ਇੰਪੋਰਟੈਂਟ ਹੈ ਚਾਹੇ ਤਾਂ 라이벤센 ਦੀ ਆਲੋਚਨਾਤਮਕ ਘਟ ਕੋਸ਼ਿ ਸਿਧਾਂਤ ਬਾਰੇ ਲਿਖੋ ਜਾਂ ਫਿਰ ਰੋਸਟੋ ਦੇ ਵਿਕਾਸ ਦੇ ਸਿਧਾਂਤ ਬਾਰੇ ਲਿਖੋ ਦੋਨੋਂ ਕੁਐਸਚਨ ਹੈ ਸੋ ਇਹ ਦੋਨੋਂ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਹੈ ਅਲੱਗ-ਅਲੱਗ ਹੈ ਲੇਕਿਨ ਦੋਨੋਂ ਇੰਪੋਰਟੈਂਟ ਹੈ ਫਿਰ ਇਨਪੁਟ ਐਂਡ ਆਉਟਪੁਟ ਐਨਾਲਿਸਿਸ ਇਨਵੈਸਟਮੈਂਟ ਕ੍ਰਾਈਟੇਰੀਆ ਇਨਪੁਟ ਆਉਟਪੁਟ ਨਿਵੇਸ਼ ਵਿਸ਼ਲੇਸ਼ਣ ਦੇ ਬਾਰੇ ਤੁਸੀਂ ਕੀ ਜਾਂਦੇ ਹੋ ਇਨਪੁਟ ਐਂਡ ਆਉਟਪੁਟ ਐਨਾਲਿਸਿਸ ਇਨਵੈਸਟਮੈਂਟ ਬਹੁਤ ਇੰਪੋਰਟੈਂਟ ਕੁਐਸਚਨ ਹੈ ਸ਼ਾਰਟ ਦੇ ਵਿੱਚ ਵੀ ਪੱਕਾ ਹੁੰਦਾ ਇਨਪੁਟ ਆਉਟਪੁਟ ਹੁਣ ਇੱਕ ਗੱਲ ਹੋ ਰਹੀ ਹੈ ਕਿ ਤੁਸੀਂ ਪੁੱਛੋਗੇ ਕਿ ਮੈਮ ਸ਼ਾਰਟ ਕੁਐਸਚਨ ਕਿਹਨੇ ਆਉਣੇ ਨੇ ਸ਼ਾਰਟ ਕੁਐਸਚਨ ਜਿਹੜੇ ਨੇ ਜਿੰਨੇ ਵੀ ਥਿੰਕਰ ਤੁਹਾਡੇ ਰੋਸ ਤੋਂ ਆਇਆ ਹੈ ਲਾਈ ਬੈਸਟੈਂਡ ਆਇਆ ਹੈ ਠੀਕ ਹੈ ਇਹ ਸਾਰੇ ਕੁਐਸਚਨ ਜਿਹੜੇ ਨੇ ਸ਼ਾਰਟ ਦੇ ਵਿੱਚ ਵੀ ਆਣਗੇ ਇਹਨਾਂ ਨੇ ਕਿਹੜੀ ਥਿਊਰੀ ਦਿੱਤੀ ਹੈ ਕੋਈ ਵੀ ਨਿਊ ਕਨਸੈਪਟ ਤੁਹਾਨੂੰ ਲੱਗਦਾ ਹੈਗਾ ਪੁਆਇੰਟਸ ਦੇ ਵਿੱਚ ਸਾਰੇ ਵੀ ਜਿੰਨੇ ਵੀ ਪੁਆਇੰਟਸ ਆਪਣੇ ਕੁਐਸਚਨ ਦੇ ਹੈਗੇ ਨੇ ਤਾਂ ਉਹ ਹੀ ਇੰਪੋਰਟੈਂਟ ਹੈ ਇਨਪੁਟ ਆਉਟਪੁਟ ਐਨਾਲਿਸਿਸ ਕੀ ਹੈਗਾ ਤਾਂ ਇਹ ਵੀ ਬਹੁਤ ਇੰਪੋਰਟੈਂਟ ਹੈ ਮਤਲਬ ਸ਼ਾਰਟ ਦੇ ਵਿੱਚ ਇਹ ਸਾਰੇ ਕੁਐਸਚਨ ਆ ਸਕਦੇ ਨੇ ਕਿਤੋਂ ਵੀ ਉਹ ਸ਼ਾਰਟ ਕੁਐਸਚਨ ਪੁੱਛ ਸਕਦੇ ਨੇ ਫਿਰ ਐਕਸਪਲੇਨ ਨਿਓ ਕਲਾਸਿਕਲ ਮਾਡਲ ਆਫ ਇਕਨੋਮਿਕ ਗਰੋਥ ਨਿਓ ਕਲਾਸਿਕਲ ਸਿਧਾਂਤ ਆਰਥਿਕ ਵਿਕਾਸ ਦੇ ਵਿੱਚ ਜਿਹੜਾ ਹੈਗਾ ਆਰਥਿਕ ਸੋਰੀ ਵਾਧੇ ਦੇ ਵਿੱਚ ਜਿਹੜਾ ਹੈਗਾ ਉਸਦੇ ਬਾਰੇ ਲਿਖੋ ਅਨਬੈਲੈਂਸਡ ਗਰੋਥ ਇਹ ਲਾਸਟ ਇਅਰ ਵੀ ਕੁਐਸਚਨ ਆਇਆ ਸੀ ਅਨਬੈਲੈਂਸਡ ਗਰੋਥ ਸਟ੍ਰੈਟਜੀ ਫਾਰ ਡਿਵੈਲਪਮੈਂਟ ਤਾਂ ਅਸੰਤੁਲਿਤ ਵਾਧਾ ਰਣਨੀਤੀ ਦੇ ਬਾਰੇ ਲਿਖੋ ਫਾਰ ਡਿਵੈਲਪਮੈਂਟ ਆਫ ਅੰਡਰ ਡਿਵੈਲਪਡ ਕੰਟਰੀ ਜਿਹੜੀ ਕੰਟਰੀ ਅ ਵਿਕਸਤ ਹੈਗੀ ਆ ਉਸ ਦੇ ਦੇਸ਼ ਦੇ ਵਿਕਾਸ ਕਿਵੇਂ ਹੋ ਸਕਦਾ ਅਸੰਤੁਲਿਤ ਵਾਧਾ ਰਣਨੀਤੀ ਦੇ ਬਾਰੇ ਆਪਾਂ ਨੇ ਲਿਖਣਾ ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਸੀ ਜਿਹੜੇ ਮੈਨੂੰ ਐਗਜ਼ਾਮ ਪਰਸਪੈਕਟਿਵ ਤੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਲੱਗੇ ਸਾਰੇ ਹੀ ਇੰਪੋਰਟੈਂਟ ਨੇ ਲੇਕਿਨ ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਹਰ ਸਾਰੇ ਰਿਪੀਟ ਹੋਏ ਨੇ ਅਤੇ ਮੈਂ ਤੁਹਾਨੂੰ ਉਹ ਵੀ ਦਿੱਤੇ ਨੇ ਚਾਰ ਪੰਜ ਕੁਐਸਚਨ ਇਹਦੇ ਵਿੱਚੋਂ ਮੈਂ ਤੁਹਾਨੂੰ ਵੀ ਪ੍ਰੋਵਾਈਡ ਕੀਤੇ ਲੇਕਿਨ 12 ਕੁਐਸਚਨ ਨੇ ਜਿਨ੍ਹਾਂ ਵਿੱਚੋਂ ਚਾਰ ਪੰਜ ਜਿਹੜੇ ਨੇ ਬਹੁਤ ਇੰਪੋਰਟੈਂਟ ਨੇ ਲੇਕਿਨ ਫਿਰ ਵੀ ਜਿਹੜਾ ਹੈ 10 12 ਕੁਐਸਚਨ ਦੈਟ ਲੀਸਟ ਤੁਸੀਂ ਤਿਆਰ ਕਰਕੇ ਜਾਓ ਤਾਂ ਕਿ ਤੁਹਾਡੇ ਸ਼ਾਰਟ ਵੀ ਜਿਹੜੇ ਹੈਗੇ ਵਿੱਚੋਂ ਪ੍ਰਿਪੇਅਰ ਹੋ ਜਾਣ ਠੀਕ ਹੈ ਸੋ ਚੈਨਲ ਨੂੰ ਸ਼ੇਅਰ ਜ਼ਰੂਰ ਕਰਨਾ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ